ਵੈਲਟਮ एवरीवन ਅੱਜ ਆਪਾਂ ਕਰਨ ਵਾਲੇ ਹਾਂ ਇੱਕੀਕਰਨ ਜਾਂ ਅਨੁਕੂਲਨ ਅਤੇ ਪ੍ਰਸੰਗਿਕ ਯੋਜਨਾ ਜਿਸ ਨੂੰ ਇੰਗਲਿਸ਼ ਦੇ ਵਿੱਚ ਇੰਟੀਗ੍ਰੇਟਡ ਐਂਡ ਥੀਮੈਟਿਕ ਪਲੈਨਿੰਗ ਵੀ ਕਿਹਾ ਜਾਂਦਾ ਹੈ ਠੀਕ ਹੈ ਇੱਕੀਕਰਨ ਜਾਨੀ ਕਿ ਇੰਟੀਗ੍ਰੇਟਡ ਠੀਕ ਹੈ ਜਾਂ ਅਨੁਕੂਲਨ ਅਤੇ ਪ੍ਰਸੰਗਿਕ ਯੋਜਨਾ ਜਾਨੀ ਕਿ ਥੀਮੈਟਿਕ ਥੀਮੈਟਿਕ ਮਤਲਬ ਥੀਮ ਬਣਾਉਣਾ ਕਿਸੇ ਚੀਜ਼ ਦਾ ਠੀਕ ਹੈ ਤੇ ਇਕੀਕਰਨ ਮਤਲਬ ਪਾਠਕਰਮ ਜਾਂ ਵਿਸ਼ਿਆਂ ਨੂੰ ਇਕੱਠਾ ਕਰਨਾ ਕਿਸੇ ਵੀ ਚੀਜ਼ ਨੂੰ ਇਕੱਠਾ ਕਰਕੇ ਪੜ੍ਹਾਉਣ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਪਾਠਕਰਮ ਜਾਂ ਵਿਸ਼ਿਆਂ ਨੂੰ ਇਕੱਠਾ ਕਰਕੇ ਪੜ੍ਹਾਉਣਾ ਇਕੀਕਰਨ ਕਰਨਾ ਚਾਹਨੀ ਕਿ ਕਿਸੇ ਵੀ ਚੀਜ਼ ਦਾ ਸਮਝ ਗਏ ਤੇ ਥੀਮੈਟਿਕ ਮਤਲਬ ਥੀਮ ਕਿਸੇ ਚੀਜ਼ ਦਾ ਜਿਹੜਾ ਆਪਾਂ ਥੀਮ ਬਣਾ ਲਿਆ ਉਸ ਦਾ ਪਲਾਨ ਬਣਾ ਲਿਆ ਯੋਜਨਾ ਤਿਆਰ ਕਰ ਲਈ ਉਸ ਤੋਂ ਬਾਅਦ ਆਪਾਂ ਉਸ ਉਸ ਦੀ ਤਿਆਰੀ ਹੈ ਜਿਹੜੀ ਬੱਚਿਆਂ ਨੂੰ ਕਰਵਾਉਣੀ ਹੈ ਥੀਮ ਦੇ ਅਕੋਰਡਿੰਗ ਠੀਕ ਹੈ ਥੀਮ ਬਣਿਆ ਹੁੰਦਾ ਕਿਸੇ ਵੀ ਚੀਜ਼ ਦਾ ਜਿਵੇਂ ਕਿ ਮੰਨ ਲਓ ਇੱਕ ਕੋਈ ਵੀ ਸਬਜੈਕਟ ਹੈ ਮੈਥ ਹੈ ਠੀਕ ਹੈ ਇੰਗਲਿਸ਼ ਹੈ ਕੋਈ ਵੀ ਹੈ ਉਸ ਦੇ ਵਿੱਚ ਯੋਜਨਾ ਬਣਾਈ ਹੁੰਦੀ ਹੈ ਇਹ ਦੇ ਆਪਕ ਨੇ ਪੂਰੇ ਸਾਲ ਦੇ ਲਈ ਫਿਰ ਉਸ ਦੇ ਉਪ ਵਿਸ਼ੇ ਡਿਸਾਈਡ ਕੀਤੇ ਹੁੰਦੇ ਆ ਠੀਕ ਹੈ ਫਿਰ ਇੱਕ ਜਮਾਤ ਨੂੰ ਕਿਹੜੇ ਕਿਹੜੇ ਸਬਜੈਕਟ ਪੜਾਏ ਜਾਣਗੇ ਉਹਨਾਂ ਵਿੱਚ ਕੀ ਕੀ ਪੜਾਇਆ ਜਾਵੇਗਾ ਤੇ ਉਹਨਾਂ ਨੂੰ ਇੱਕੀਕਰਨ ਤੋਂ ਭਾਵ ਹੈ ਕਿ ਕੁਝ ਸਬਜੈਕਟਾਂ ਦਾ ਇੱਕੀਕਰਨ ਕਰ ਲਿਆ ਜਾਂਦਾ ਜਿਵੇਂ ਉਹਨਾਂ ਦੇ ਵਿੱਚ ਕੁਝ ਜਿਹੜੇ ਉਪ ਵਿਸ਼ੇ ਹੁੰਦੇ ਆ ਯਾਨੀ ਕਿ ਚੈਪਟਰ ਹੁੰਦੇ ਆ ਉਹਨਾਂ ਦਾ ਇੱਕੀਕਰਨ ਕਰ ਲਿਆ ਜਾਂਦਾ ਕਿ ਉਹਨਾਂ ਨੂੰ ਕਿਸ ਢੰਗ ਨਾਲ ਪੜਾਉਣਾ ਕੀ ਕੀ ਹੈ ਜਿਹੜਾ ਕਿਵੇਂ ਕਿਵੇਂ ਸਿਖਾਉਣਾ ਠੀਕ ਹੈ ਚੈਪਟਰ ਵਾਈਜ਼ ਉਹਨਾਂ ਦਾ ਲੈਸਨ ਪਲਾਨ ਬਣਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਇੱਕੀਕਰਨ ਉਹਨਾਂ ਦਾ ਕਰ ਲਿਆ ਜਾਂਦਾ ਉਹਨਾਂ ਨੂੰ ਇਕੱਠਾ ਕਰ ਲਿਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਵਿਦਿਆਰਥੀ ਨੂੰ ਪੜਾਉਣਾ ਸ਼ੁਰੂ ਕੀਤਾ ਜਾਂਦਾ ਪਲੈਨਿੰਗ ਬਣਾ ਕੇ ਤੇ ਇਸ ਨੂੰ ਇਕੱਠਾ ਕਰਨ ਦਾ ਫਾਇਦਾ ਕੀ ਹੈ ਉਹ ਅੱਗੇ ਆਪਾਂ ਦੇਖਦੇ ਹਾਂ ਇੰਪੋਰਟੈਂਸ ਆਫ ਇੰਟੀਗ੍ਰੇਟਡ ਐਂਡ ਥੀਮੈਟਿਕ ਪਲੈਨਿੰਗ ਇਸ ਦੀ ਇੰਪੋਰਟੈਂਸ ਕੀ ਹੈ ਠੀਕ ਹੈ ਅੱਗੇ ਦੇਖਦੇ ਹਾਂ ਯੋਜਨਾ ਬਣਾਉਣ ਦਾ ਅਨੁਭਵ ਕਰਦੇ ਹਨ ਠੀਕ ਹੈ ਜਿਹੜੇ ਵਿਦਿਆਰਥੀ ਅਤੇ ਅਧਿਆਪਕਾ ਦੋਵੇਂ ਇਸ ਦਾ ਅਨੁਭਵ ਕਰਦੇ ਹੈ ਕਿ ਯੋਜਨਾ ਕਿਸੇ ਚੀਜ਼ ਦੀ ਉਹ ਕਿਵੇਂ ਬਣਾਈ ਜਾਂਦੀ ਹੈ ਇੱਕ ਸਮਾਜ ਦੀ ਭਾਵਨਾ ਵਿਕਸਿਤ ਹੋ ਸਕਦੀ ਹੈ ਦੇਖੋ ਜਦੋਂ ਸਾਰੇ ਵਿਦਿਆਰਥੀ ਇਕੱਠੇ ਸਿੱਖਣਗੇ ਇੰਟੀਗ੍ਰੇਟਿਡ ਪਲੈਨਿੰਗ ਦੇ ਥਰੂ ਸਿੱਖਣਗੇ ਕੁਝ ਵੀ ਤਾਂ ਉਹਨਾਂ ਦੇ ਵਿੱਚ ਸਮਾਜ ਦੀ ਭਾਵਨਾ ਵੀ ਹੈ ਜਿਹੜੀ ਉਹ ਵਿਕਸਿਤ ਹੁੰਦੀ ਹੈ ਸਹਿਯੋਗ ਤੇ ਸਤਿਕਾਰ ਦੀ ਭਾਵਨਾ ਵਿਕਸਿਤ ਹੁੰਦੀ ਹੈ ਸਮੇਂ ਦਾ ਸਹੀ ਉਪਯੋਗ ਹੁੰਦਾ ਹੈ ਦੇਖੋ ਜਦੋਂ ਪਲੈਨਿੰਗ ਬਣੀ ਹੋਊਗੀ ਕਿਸੇ ਵੀ ਚੀਜ਼ ਦਾ ਥੀਮ ਤਿਆਰ ਹੋਊਗਾ ਉਸ ਨੂੰ ਉਸ ਦੀ ਇੱਕ ਪਲੈਨਿੰਗ ਹੋਊਗੀ ਯੋਜਨਾ ਹੋਊਗੀ ਕਿ ਮੈਂ ਕਿਵੇਂ ਕਿਹੜਾ ਕਿਹੜਾ ਸਬਜੈਕਟ ਕਦੋਂ-ਕਦੋਂ ਪੜਾਉਣਾ ਹੈ ਕੀ ਕੀ ਪੜਾਉਣਾ ਕੀ ਕੀ ਰਿਵਾਈਜ਼ ਕਰਾਉਣਾ ਬੱਚਿਆਂ ਨੂੰ ਤਾਂ ਸਮੇਂ ਦਾ ਸਹੀ ਉਪਯੋਗ ਹੋਵੇਗਾ ਵਿਚਾਰ ਸਾਂਝੇ ਕਰਨਾ ਦੇਖੋ ਵਿਦਿਆਰਥੀਆਂ ਨਾਲ ਚੰਗੇ ਤਰੀਕੇ ਨਾਲ ਸਾਰੇ ਅਧਿਆਪਕ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਣਗੇ ਆਤਮ ਨਿਰਭਰਤਾ ਇਹਦੇ ਨਾਲ ਕੀ ਹੈ ਆਤਮ ਨਿਰਭਰਤਾ ਆਉਂਦੀ ਹੈ ਵਿਦਿਆਰਥੀਆਂ ਦੇ ਅੰਦਰ ਉਹ ਆਪਣੇ ਆਪ ਵੀ ਸਿੱਖਣ ਦੀ ਕੋਸ਼ਿਸ਼ ਹੈ ਜਿਹੜੀ ਉਹ ਸ਼ੁਰੂ ਕਰ ਦਿੰਦੇ ਆ ਅੱਗੇ ਹੈ ਵਿਸ਼ੇਸ਼ਤਾਵਾਂ ਕੈਰੈਕਟ੍ਰਿਸਟਿਕਸ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਇੱਕ ਕੀ ਕਰਨ ਪ੍ਰਸੰਗਿਕ ਯੋਜਨਾ ਇੱਕ ਮਹਾਨ ਸਿਰਜਣਾਤਮਕਤਾ ਪ੍ਰਗਟਾਵੇ ਦਾ ਸਾਧਨ ਹੈ ਇਹ ਵੀ ਦੇਖ ਲੈਣੇ ਆ ਇਹ ਅਕਸਰ ਪ੍ਰੋਜੈਕਟ ਵਾਂਗ ਹੁੰਦੀ ਹੈ ਇਹ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਬਾਕੀ ਕਲਾਸ ਸਾਹਮਣੇ ਪੇਸ਼ਕਾਰੀ ਕਰਨ ਲਈ ਕਹਿੰਦੀ ਹੈ ਇਹਦੇ ਵਿੱਚ ਵਿਦਿਆਰਥੀ ਇਕੱਠੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਵਿਦਿਆਰਥੀ ਨੂੰ ਜਿਵੇਂ ਆਪਾਂ ਕਿਆ ਸਕਦੇ ਆ ਕਿ ਤੁਸੀਂ ਅੱਜ ਇਹ ਵਾਲਾ ਟੌਪਿਕ ਬੱਚਿਆਂ ਨੂੰ ਸੁਣਾਓਗੇ ਜਾਂ ਸਮਝਾਓਗੇ ਠੀਕ ਹੈ ਮੋਡਿਊਲੀ ਰੂਪਰੇਖਾ ਤੇ ਅਧਿਆਪਕ ਸਬੰਧ ਅਤੇ ਜਮਾਤ ਸਮਗਰੀ ਨੂੰ ਦੁਆਰਾ ਬਣਾਉਣ ਲਈ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਮੋਡਿਊਲੀ ਰੂਪਰੇਖਾ ਉਹ ਅਧਿਆਪਕ ਅਤੇ ਅਧਿਆਪਕ ਸਬੰਧ ਜਮਾਤ ਵਿੱਚ ਸਮਗਰੀ ਦੁਆਰਾ ਬਣਾਉਣ ਲਈ ਬਹੁਤ ਮਿਹਨਤ ਦੀ ਜ਼ਰੂਰਤ ਕਰਨੀ ਪੈਂਦੀ ਹੈ ਮੋਡਿਊਲੀ ਰੂਪਰੇਖਾ ਤੇ ਜਿਵੇਂ ਆਪਾਂ ਜਿਵੇਂ ਲੈਸਨ ਪਲਾਨ ਬਣਾਉਣਾ ਜਾਂ ਸਿਲੇਬਸ ਪਲਾਨ ਕਰਨਾ ਕਿ ਕੀ ਕੀ ਆ ਉਸ ਤੇ ਬਣਾਉਣ ਲਈ ਕਾਫੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਗੁਲਾ ਹੈ ਇਹ ਯੋਜਨਾਵਾਂ ਬੱਚਿਆਂ ਦੀ ਰੁਚੀ ਬਣਾਉਣਾ ਤੇ ਕਾਇਮ ਰੱਖਣ ਵਿੱਚ ਸ਼ਕਤੀਸ਼ਾਲੀ ਹੁੰਦੀਆਂ ਹਨ ਇਹੋ ਜਿਹੀਆਂ ਯੋਜਨਾਵਾਂ ਹੁੰਦੀਆਂ ਜਿਹੜੀਆਂ ਪਲੈਨਿੰਗ ਕੀਤੀ ਹੁੰਦੀ ਹੈ ਥੀਮੈਟਿਕ ਪਲੈਨਿੰਗ ਹੁੰਦੀ ਆ ਇਹ ਕੀ ਕਾਰਨ ਹੁੰਦਾ ਇਸ ਤਰ੍ਹਾਂ ਹੀ ਬੱਚਿਆਂ ਦੀ ਰੁਚੀ ਹੈ ਜਿਹੜੀ ਉਹ ਕਾਫੀ ਬਣੀ ਰਹਿੰਦੀ ਹੈ ਸਿੱਖਣ ਦਾ ਇੱਕ ਵਧੀਆ ਢੰਗ ਹੈ ਇਹ ਇੱਕ ਸਿੱਖਣ ਦਾ ਵਧੀਆ ਢੰਗ ਹੈ ਅਧਿਆਪਕਾਂ ਦਾ ਕੰਮ ਸਰਲ ਬਣ ਜਾਂਦਾ ਹੋ ਜਾਂਦਾ ਹੈ ਹੈ ਕਿ ਇਹਦੇ ਲਈ ਕਿਹੜੇ ਕਿਹੜੇ ਸਰੋਤਾਂ ਦੀ ਜ਼ਰੂਰਤ ਪੈਂਦੀ ਹੈ ਸਰੋਤ ਪਾਠਕ੍ਰਮ ਅਧਿਆਪਕ ਅਤੇ ਵਿਦਿਆਰਥੀਆਂ ਦੀ ਰੁਚੀ ਰੁਚੀ ਹੋਣੀ ਵੀ ਜ਼ਰੂਰੀ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਚਾਹੇ ਕਿਹੜੇ ਮਰਜੀ ਸਰੋਤ ਆ ਜਿਹੜੇ ਉਹ ਅਧਿਆਪਕ ਕੋਲ ਹੋਣ ਰੁਚੀ ਹੋਣੀ ਜ਼ਰੂਰੀ ਹੈ ਅਧਿਆਪਕ ਦੀ ਵੀ ਤੇ ਵਿਦਿਆਰਥੀਆਂ ਦੀ ਵੀ ਪਾਠ ਕਰਮ ਹੋਣਾ ਜ਼ਰੂਰੀ ਹੈ ਠੀਕ ਹੈ ਵਿਸ਼ੇ ਦੀ ਉਤੇਜਨਾ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਅਧਿਆਪਕ ਨੂੰ ਹੋਣੀ ਜ਼ਰੂਰੀ ਹੈ ਫਿਰ ਹੀ ਉਸ ਨੂੰ ਪੜ੍ਹਾ ਸਕਦਾ ਹੈ ਇਹ ਕੀ ਕਰਨ ਪ੍ਰਸੰਗਿਕ ਯੋਜਨਾ ਲਈ ਪਹਿਲੀਆਂ ਜ਼ਰੂਰਤਾਂ ਅੱਗੇ ਹੈ ਜ਼ਰੂਰਤਾਂ ਕਿਹੜੀਆਂ ਕਿਹੜੀਆਂ ਠੀਕ ਹੈ ਪੂਰਵ ਸਿੱਖਣ ਅਤੇ ਚਲੰਤ ਸਿੱਖਣ ਨੂੰ ਇਕੱਠਿਆਂ ਕਰਨ ਲਈ ਇਹ ਯੋਜਨਾ ਬਣਾਈ ਜਾਂਦੀ ਹੈ ਇਹ ਗਿਆਨ ਅਤੇ ਖੋਜ ਲਈ ਇੱਕ ਵਿਸ਼ਾਲ ਆਧਾਰ ਪ੍ਰਦਾਨ ਕਰਦੀ ਹੈ ਇੱਕ ਚੰਗਾ ਸਿੱਖਣ ਵਾਤਾਵਰਨ ਬਣਾਉਣ ਲਈ ਇਹ ਠ ਲਿਖੀਆਂ ਮੁੱਟਲੀਆਂ ਜ਼ਰੂਰਤਾਂ ਹਨ ਸੁਰੱਖਿਅਤ ਜਮਾਤ ਕਮਰਾ ਦੇਖੋ ਜ਼ਰੂਰਤ ਕੀ ਕੀ ਹੈ ਇਸ ਲਈ ਕਮਰਾ ਸੁਰੱਖਿਅਤ ਹੋਵੇ ਮਾਹੌਲ ਵਧੀਆ ਹੋਵੇ ਉਸ ਕਮਰੇ ਦਾ ਠੀਕ ਹੈ ਸਹਿਯੋਗ ਅਤੇ ਮਿਲਵਰਤਨ ਵਿਦਿਆਰਥੀਆਂ ਵਿੱਚ ਤੇ ਅਧਿਆਪਕਾਂ ਵਿੱਚ ਮਿਲਵਰਤਨ ਦੀ ਭਾਵਨਾ ਹੋਵੇ ਸਹਿਯੋਗ ਦੀ ਭਾਵਨਾ ਹੋਵੇ ਅਧਿਆਪਕ ਦਾ ਸਹਿਯੋਗ ਦੇਣਾ ਹਰ ਕੰਮ ਕਰਨ ਵਿੱਚ ਸਮੇਂ ਦਾ ਸਹੀ ਪ੍ਰਬੰਧਨ ਕੀਤਾ ਹੋਵੇ ਫਿਰ ਹੀ ਇੱਕੀਕਰਨ ਕੀਤਾ ਜਾ ਸਕਦਾ ਹੈ ਕਿਸੇ ਵੀ ਸਬਜੈਕਟ ਦਾ ਪ੍ਰਤੀਪੁਸ਼ਟੀ ਹਮੇਸ਼ਾ ਵਿਦਿਆਰਥੀਆਂ ਦੀ ਪ੍ਰਤੀਪੁਸ਼ਟੀ ਲੈਣੀ ਚਾਹੀਦੀ ਹੈ ਕਿ ਉਹਨਾਂ ਨੂੰ ਕਿਸੇ ਇਸ ਵਿਧੀ ਰਾਹੀਂ ਸਮਝ ਆ ਰਹੀ ਹੈ ਨਹੀਂ ਆ ਰਹੀ ਹੈ ਅਰੇ ਆਪਾਂ ਵਿਧੀਆਂ ਵਿੱਚ ਵਿਭਿੰਨਤਾ ਵੱਖ-ਵੱਖ ਵਿਧੀਆਂ ਰਾਹੀਂ ਵੱਖ-ਵੱਖ ਵਿਦਿਆਰਥੀਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਇੱਕ ਵਿਧੀ ਨਾਲ ਇੰਟੀਗ੍ਰੇਟਿਡ ਐਂਡ ਥੀਮੈਟਿਕ ਪਲੈਨਿੰਗ ਹੈ ਜਿਹੜੀ ਉਹ ਲਾਗੂ ਨਹੀਂ ਹੋ ਸਕਦੀ ਵੱਖ-ਵੱਖ ਵਿਧੀਆਂ ਦਾ ਇਸਤੇਮਾਲ ਕਰਕੇ ਵਿਦਿਆਰਥੀਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਫੀਡਬੈਕ ਜ਼ਰੂਰੀ ਹੈ ਲੈਣਾ ਸਮੇਂ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਠੀਕ ਹੈ